ਪੰਜਾਬ ਪੁਲਿਸ ਦਾ ਇੱਕ ਹੋਰ ਕਾਂਡ ਆਇਆ ਸਾਹਮਣੇ। ਜਿੰਨੀ ਵੀ ਸੰਗਤ ਆਉਂਦੀ ਆ ਗੁਰਦੁਆਰੇ ਬਾਅਦ ਚ ਮੱਥਾ ਟੇਕਦੀ, ਪਹਿਲਾਂ ਇੱਥੇ ਮੱਥਾ ਟੇਕਣਾ ਪੈਂਦਾ। ਦੇਖੋ ਕਿਸ ਤਰ੍ਹਾਂ ਪੰਜਾਬ ਪੁਲਿਸ ਦਾ ਨੰਗਾ ਨਾਚ ਹੋ ਰਿਹਾ ਹੈ ਸੋਸ਼ਲ ਮੀਡੀਆ ਉੱਤੇ ਵਾਇਰਲ। ਪੰਜਾਬ ਪੁਲਿਸ ਦਾ ਇਸ ਤਰ੍ਹਾਂ ਵਿਅਕਤੀ ਨੂੰ ਕਸੀਟਣਾ ਬਣ ਰਿਹਾ ਹੈ ਹਰ ਥਾਂ ਚਰਚਾ ਦਾ ਵਿਸ਼ੇ। ਸਸ਼ੀਕਾ ਜੀ, ਦਾ ਟੀਵੀ ਐਨਆਰਆਈ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੀ। ਖਬਰ ਸਾਹਮਣੇ ਆ ਰਹੀ ਹੈ ਕਪੂਰਥਲਾ ਤੋਂ, ਜਿੱਥੇ ਕਪੂਰਥਲਾ ਦੇ ਗੋਬਿੰਦਵਾਲ ਪੁੱਲ ਦੇ ਹੇਠਾਂ ਇੱਕ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਘਸੀਟਿਆ ਜਾ ਰਿਹਾ। ਇਹ ਨਾਕੇ ਦੀ ਤਸਵੀਰ ਹੈ, ਤੁਸੀਂ ਦੇਖ ਸਕਦੇ ਹੋ, ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਪੁਲਿਸ ਘਸੀਟਦੀ ਹੋਈ ਨਜ਼ਰ ਆ ਰਹੀ ਹੈ। ਪੁਲਿਸ ਦੇ ਵੱਲੋਂ ਉਸ ਵਿਅਕਤੀ ਦੇ ਕੱਪੜੇ ਪਾੜੇ ਜਾਂਦੇ ਆ। ਉੱਥੇ ਹੀ ਇੱਕ ਵਿਅਕਤੀ ਜੋ ਉੱਥੇ ਹੀ ਖੜਾ ਹੁੰਦਾ, ਉਸ ਦੇ ਵੱਲੋਂ ਇਹ ਵੀਡੀਓ ਬਣਾ ਲਈ ਜਾਂਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਦੱਸਦੀ ਹੈ ਕਿ ਵਿਅਕਤੀ ਦੇ ਨਾਲ ਮੌਜੂਦ ਇੱਕ ਮਹਿਲਾ ਵੀ ਹੁੰਦੀ ਹੈ। ਮਹਿਲਾ ਦੇ ਵੱਲੋਂ ਵੀ ਮੌਕੇ 'ਤੇ ਚੀਕ ਚਹਾੜਾ ਪਾਇਆ ਜਾਂਦਾ ਹੈ, ਪੁਲਿਸ ਦੇ ਹਾੜੇ ਕੱਢੇ ਜਾਂਦੇ, ਪਰ ਪੁਲਿਸ ਰੁਕਦੀ ਨਹੀਂ ਹੈ। ਉੱਥੇ ਹੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਲਗਾਤਾਰ ਹੀ ਜਿਹੜੀ ਹੈ ਕੁੱਟਮਾਰ ਜੋ ਕੀਤੀ ਜਾਂਦੀ ਹੈ ਵਿਅਕਤੀ ਦੇ ਨਾਲ, ਉੱਥੇ ਹੀ ਮਹਿਲਾ ਚੀਕਾਂ ਮਾਰਦੀ ਹੋਈ ਨਜ਼ਰ ਆ ਰਹੀ ਹੈ। ਗੁੰਡਾਗਰਦੀ ਦਾ ਪੁਲਿਸ ਦਾ ਨਾਚ ਸਾਹਮਣੇ ਆਇਆ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਮੌਕੇ 'ਤੇ ਕਿਸ ਤਰੀਕੇ ਦੇ ਨਾਲ ਵਿਅਕਤੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ। ਉੱਥੇ ਹੀ ਹਾਈਟੈਕ ਨਾਕਾ ਸੀਗਾ, ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ। ਉੱਥੇ ਰਾਹਗੀਰ ਪਰਿਵਾਰ ਦੇ ਵੱਲੋਂ ਨਾਕੇ 'ਤੇ ਮੌਜੂਦ ਪੁਲਿਸ ਕਰਮੀਆਂ ਦਾ ਕੁੱਟਮਾਰ ਦੇ ਇਲਜ਼ਾਮ ਲਗਾਏ ਜਾਂਦੇ ਆ। ਉੱਥੇ ਹੀ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਉਕਤ ਪਰਿਵਾਰ ਦੇ ਵੱਲੋਂ ਸਾਡੇ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਹਥਿਆਰ ਦੇ ਨਾਲ ਸਾਡੇ 'ਤੇ ਹਮਲਾ ਕੀਤਾ ਗਿਆ। ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ। ਉਸ ਤੋਂ ਇਲਾਵਾ ਦੱਸਦੀ ਹੈ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਇਹ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਇੱਕ ਵਿਅਕਤੀ ਜਿਸ ਦੇ ਮੂੰਹ ਦੇ ਵਿੱਚ ਖੂਨ ਵੀ ਨਿਕਲ ਰਿਹਾ, ਉੱਥੇ ਹੀ ਔਰਤ ਵੀ ਪੁਲਿਸ ਦੇ ਕਰਮੀਆਂ ਦੇ ਹਾੜੇ ਕੱਢਦੀ ਹੋਈ ਦਿਖਾਈ ਦੇ ਰਹੀ ਹੈ। ਉਕਤ ਵਿਅਕਤੀ ਸਮੇਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉੱਥੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮੌਕੇ 'ਤੇ ਪਹੁੰਚੇ ਜਾਂਦਾ ਹੈ, ਉੱਚ ਅਧਿਕਾਰੀ ਪਹੁੰਚਦੇ ਹੈ ਅਤੇ ਪੂਰੀ ਘਟਨਾ ਦਾ ਜਾਇਜ਼ਾ ਲੈਂਦੇ ਆ। ਪਹਿਲਾਂ ਤੁਹਾਨੂੰ ਵੀਡੀਓ ਦਿਖਾਉਂਦੇ ਆ, ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੀ ਕੁਛ ਕਹਿਣਾ ਹੈ ਮੌਕੇ 'ਤੇ ਮੌਜੂਦ ਵਿਅਕਤੀਆਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਕੀ ਨਾਮ ਹੈ ਜੀ ਆਪਣਾ? ਹਰਜੀਤ ਸਿੰਘ ਭਾਜੀ। ਹਰਜੀਤ ਸਿੰਘ, ਕੀ ਗੱਲ ਹੋਈ ਆ? ਭਾਜੀ ਮੈਨੂੰ ਰੋਕਿਆ ਇਹਨਾਂ ਨੇ। ਅੱਛਾ ਜੀ। ਅਸੀਂ ਨਕੋਦਰ ਚੱਲੇ ਸੀ ਮੇਲੇ ਜੀ ਜੀ, ਆਪਣਾ ਮੱਥਾ ਟੇਕਣ ਜੀ, ਤੇ ਮੈਨੂੰ ਇਹਨਾਂ ਨੇ ਕਾਗਜ਼ ਇੱਥੇ ਕਹਿੰਦੇ ਵੀ ਭਾਜੀ ਕਾਗਜ਼ ਦਿਖਾਓ ਜੀ, ਤੇ ਵਿੱਚ ਕਾਹੇ ਮੋਟਰਸਾਈਕਲ ਰੋਕ ਲਿਆ ਸੜਕ ਦੇ ਜੀ, ਤੇ ਮੈਂ ਕਿਹਾ ਭਾਜੀ ਥੋੜਾ ਸਾਈਡ ਤੇ ਕਰ ਲੈਣ ਦਿਓ ਮੈਨੂੰ। ਅੱਛਾ ਜੀ। ਸਾਈਡ ਤੇ ਕਰ ਲਿਆ ਵਾ, ਇਸੇ ਗੱਲੋਂ ਹੀ ਮੈਂ ਮੋਟਰਸਾਈਕਲ ਦੇ ਕਾਗਜ਼ ਕੱਢਣ ਡਿਆ ਜੀ ਜੀ। ਆਰ ਸੀ ਮੈਨੂੰ ਨਾਲ ਦੀ ਨੂੰ ਕਿਹਾ ਵੀ ਆਰ ਸੀ ਕਿੱਥੇ ਆ, ਕਹਿੰਦੀ ਵੀ ਮੋਟਰਸਾਈਕਲ ਧੋਤਾ ਸੀ, ਆਰ ਸੀ ਤੇ ਲਾਇਸੈਂਸ ਤੇਰਾ ਘਰ ਰਿਹਾ ਜੀ। ਹਾਂਜੀ, ਤੇ ਇਸੇ ਗੱਲੋਂ ਮੇਰੇ ਨਾਲ ਦੀ ਨੂੰ ਮਾੜਾ ਚੰਗਾ ਬੋਲਣ ਡਹਿ ਪਿਆ, ਤੇ ਮੈਂ ਇਹਨੂੰ ਇੱਕ ਪੁਲਿਸ ਵਾਲਾ ਨੂੰ ਕਿਹਾ ਵੀ ਭਾਜੀ ਮੇਰੇ ਨਾਲ ਗੱਲ ਕਰੋ, ਮੇਰੀ ਨਾਲ ਦੀ ਨਾਲ ਗੱਲ ਨਹੀਂ ਕਰਨੀ ਤੁਸੀਂ ਕੋਈ ਵੀ ਜੀ ਜੀ। ਤੇ ਉਹ ਕਹਿੰਦਾ ਤੂੰ ਸਾਡੇ ਨਾਲ ਕਿੱਦਾਂ ਗੱਲ ਕਰਦਾ, ਬਸ ਮੈਨੂੰ ਕੁੱਟਣ ਡਹਿ ਪਿਆ ਇਹ ਜੀ। ਕਿੰਨੇ ਕੁੱਟਿਆ? ਘੱਟੋ ਘੱਟ 5-6 ਜਣਿਆਂ ਨੇ ਮੈਨੂੰ ਕੁੱਟਿਆ ਵਾ। ਕਿਹੜੇ ਨਾਕੇ ਤੇ? ਇਸੇ ਨਾਕੇ ਤੇ ਆ, ਗੋਦਵਾਲ ਸਾਹਿਬ ਨਾਕੇ ਤੇ। ਕੋਈ ਵਜ੍ਹਾ? ਵਜ੍ਹਾ ਕੋਈ ਵੀ ਨਹੀਂ ਭਾਜੀ, ਨਾ ਮੇਰੀ ਇਹਨਾਂ ਦੇ ਨਾਲ ਕੋਈ ਰੰਜਿਸ਼ ਆ, ਕੋਈ ਪੁਰਾਣੀ ਰੰਜਿਸ਼ ਨਹੀਂ, ਨਾ ਮੈਂ ਇਹਨਾਂ ਨੂੰ ਜਾਣਦਾ ਵਾਂ ਪਹਿਲਾਂ। ਕਿਸ ਚੀਜ਼ ਨਾਲ ਕੁੱਟਿਆ? ਕੁੱਟਿਆ ਮੈਨੂੰ ਬਸ ਇਹਨਾਂ ਨੇ ਮੈਨੂੰ ਨਾਲ ਦੇ ਨਾਲ। ਕਿਸ ਮੁਲਾਜ਼ਮ ਨੇ ਤੁਹਾਡਾ ਨਾਲ ਕੁੱਟਿਆ, ਕੌਣ ਜਾਣਦੇ ਹੋ? ਮੁਲਾਜ਼ਮ ਕੌਣ ਕੌਣ ਨੇ, ਪਛਾਣਦੇ ਹੋ? ਮੁਲਾਜ਼ਮ ਸਾਰੇ ਕੁਝ ਸਿਵਲ ਵਰਦੀ ਦੇ ਵਿੱਚ ਆ ਜੀ, ਤੇ ਕੁਝ ਪੁਲਿਸ ਵਰਦੀ ਦੇ ਵਿੱਚ। ਠੀਕ ਹੈ। ਤੇ ਮੈਡਮ ਨੇ ਭਾਜੀ ਮੈਨੂੰ ਇੰਨਾ, ਮੈਡਮ ਨੇ ਮੈਨੂੰ ਛੱਡਿਆ ਹੀ ਨਹੀਂ, ਇੰਨਾ ਘਚੋਲਿਆ ਉੱਥੇ, ਸਾਡੇ ਮੋਟਰਸਾਈਕਲ ਲਾ ਕੇ ਕੈਮਰੇ ਤੋਂ ਪਿੱਛੇ ਕਰਕੇ ਮੈਨੂੰ ਇੰਨਾ ਘਚੋਲਿਆ, ਮੈਂ ਤਰਲੇ ਕੱਢਦੀ ਰਹਿ ਗਈ, ਮੇਰੇ ਘਰ ਵਾਲੇ ਨੂੰ ਛੱਡ ਦਿਓ, ਮੇਰੀ ਬੇਟੀ ਨੇ ਵੀ ਇਹਨਾਂ ਦੇ ਪੈਰੀ ਹੱਥ ਲਾਏ, ਵੀ ਮੇਰੇ ਪਾਪਾ ਨੂੰ ਛੱਡ ਦਿਓ, ਇੰਨਾ ਛੱਡਿਆ ਹੀ ਨਹੀਂ। ਜਿੰਨੀ ਵੀ ਸੰਗਤ ਆਉਂਦੀ ਆ ਗੁਰਦੁਆਰੇ ਬਾਅਦ ਚ ਮੱਥਾ ਟੇਕਦੀ, ਪਹਿਲਾਂ ਇੱਥੇ ਮੱਥਾ ਟੇਕਣਾ ਪੈਂਦਾ। ਇੱਥੇ ਜਿਹੜਾ ਮੱਥਾ ਟੇਕ ਕੇ ਜਾਂਦਾ ਫਿਰ ਉਹਨੂੰ ਗੋਲੀ ਸਾਹਿਬ ਜਾਣਾ ਪ੍ਰਮਾਣ ਹੁੰਦਾ। ਇਹ ਨਾਕਾ ਅੰਦਰ ਖਾਤੇ ਸਭ ਰਿਸ਼ਵਤ ਲੈਂਦੇ। ਇੱਥੇ ਕਿਹੜੇ ਨਾਕੇ ਦੀ ਗੱਲ ਕਰ ਰਹੇ ਹੋ? ਗੋਬਿੰਦਵਾਲ ਸਾਹਿਬ, ਗੋਬਿੰਦਵਾਲ ਸਾਹਿਬ ਪੁੱਲ ਦੀ ਗੱਲ ਆ। ਕੋਈ ਵੀ ਗੱਡੀ ਜਿਹੜਾ ਕੋਈ ਵੀ ਆਉਂਦਾ ਮਾਤੜ ਜਾਂ ਕੋਈ ਵੀ, ਉਹਨੂੰ ਇਹਨਾਂ ਰੋਕ ਕੇ ਅਤੇ ਸਾਈਡ 'ਤੇ ਖੜ ਕੇ ਕੈਮਰਿਆਂ ਤੋਂ ਬੈਕ ਸਾਈਡ 'ਤੇ ਉਹਨੂੰ ਇਹਨਾਂ ਨੇ ਹਰਾਸਮੈਂਟ ਕਰਨਾ, ਅਤੇ ਬਦਨਾਮ ਨਾਕਾ ਵਾ। ਕਈ ਵਾਰ ਇਹ ਖਬਰਾਂ ਵੀ ਇਹਦੀਆਂ ਲੱਗ ਚੁੱਕੀਆਂ, ਪਰ ਇਹ ਸਭ ਤੋਂ ਵੱਧ ਭ੍ਰਿਸ਼ਟ ਇੱਥੇ ਮੁਲਾਜ਼ਮ ਭੇਜਦੇ ਆ ਵੀ ਜਿਹੜੇ ਗ੍ਰਾਹੀ ਕਰ ਸਕਣ। ਠੀਕ ਨੇ,
ਇਹ ਗਾੜੀਆਂ ਸਗੋਂ ਹੋਏ ਹੋਏ ਕਹਿ ਕੇ ਥੱਪੜ ਵੱਟਣ ਲੱਗਾ ਅਤੇ ਲੇਡੀ ਨੂੰ ਧੱਕਾ ਮਾਰਿਆ ਸਾਡੀ ਲੇਡੀ ਪੁਲਿਸ ਨੂੰ ਇਹਨੇ ਠੀਕ ਹੈ ਧੱਕਾ ਮਾਰਿਆ ਅਤੇ ਉਦੋਂ ਬਾਅਦ ਵਿੱਚ ਸਾਡੇ ਜਿਹੜੇ ਨਾਲ ਦੇ ਮੁਲਾਜ਼ਮ ਹੋਰ ਸੀ ਉਹਨਾਂ ਫੜਿਆ ਅਤੇ ਉਹਨਾਂ ਦੇ ਵੀ ਗਲ ਪੈ ਗਿਆ ਜੀ। ਸੰਤੋਖ ਸਿੰਘ ਜੀ, ਕਾਫੀ ਲੋਕਾਂ ਦੀ ਹਾਜ਼ਰੀ ਦੇ ਵਿੱਚ ਬੰਦਾ ਕਹਿ ਰਿਹਾ ਵੀ ਮੇਰੀ ਕਾਫੀ ਕੁੱਟਮਾਰ ਕੀਤੀ ਗਈ ਆ, ਬੁਰੀ ਹਾਲਤ ਦੇ ਵਿੱਚ ਹੈ ਆਪ ਜੀ ਇੱਥੇ ਇੰਚਾਰਜ ਹੋ ਅਤੇ ਕੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਜੇਕਰ ਕੋਈ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਕੋਈ ਬਦਤਮੀਜ਼ੀ ਕੀਤੀ ਵੀ ਆ ਬੰਦੇ ਨੇ ਤਾਂ ਕੀ ਪੁਲਿਸ ਨੂੰ ਇੱਕ ਇਖਤਿਆਰ ਹੈਗਾ ਹੈ ਕਿ ਬੰਦੇ ਦੀ ਕੁੱਟਮਾਰ ਇਸ ਤਰ੍ਹਾਂ ਗੰਭੀਰ ਕੀਤੀ ਜਾਵੇ? ਕੁੱਟਮਾਰ ਨਹੀਂ, ਉਹਨਾਂ ਦੇ ਜਦੋਂ ਫੜੇ ਜਿਹੜੇ ਮੁਲਾਜ਼ਮਾਂ ਨੇ ਉਹਨਾਂ ਦੇ ਗਲ ਪੈਣ ਦਿਆ, ਉਹਨਾਂ ਨੇ ਖਿੱਚਾ ਤੋਂ ਇਹਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੇ ਗਲ ਪੈ ਗਿਆ, ਹੋਰ ਕੋਈ ਗੱਲ ਨਹੀਂ ਇੱਦਾਂ ਦੀ ਹੋਈ। ਕੁੱਟਮਾਰ ਦੀ ਗੰਭੀਰ ਕਾਫੀ ਕੁੱਟਮਾਰ ਹੋਈ ਹੈ ਇਹਦੇ ਨਾਲ, ਇੱਕ ਨੀ ਇੱਥੇ ਪੰਜ ਸੱਤ ਦਸ ਬੰਦੇ ਉੱਦਾਂ ਹੀ ਖੜੇ ਸੀ ਰੋਕੇ ਪਏ ਸੀ ਇੱਥੇ ਲਾਗੇ ਜਿਹੜੇ ਕੰਮ ਕਰਨ ਦੇ ਸੀ। ਠੀਕ ਹੈ ਜੀ, ਤੁਸੀਂ ਕੀ ਕਹਿੰਦੇ ਹੋ ਜਿਹੜੀ ਇਹ ਕੁੱਟਮਾਰ ਹੋਈ ਹੈ ਇਹਦੇ ਵਿੱਚ ਮੁਲਾਜ਼ਮਾਂ ਵੱਲੋਂ ਜਿਹੜਾ ਆਪਣਾ ਬਚਾਅ ਆਪਣਾ ਪੱਖ ਦੇ ਆਪਣਾ ਬਚਾਅ ਕਰਨ ਦੇ ਲਈ ਕੁੱਟਮਾਰ ਕੀਤੀ ਗਈ ਹੈ ਕਿ ਜਾਂ? ਨਹੀਂ ਨਹੀਂ, ਕੋਈ ਪੱਖਬਾਜ਼ੀ ਦੀ ਗੱਲ ਸੱਚ ਜਿਹੜੀ ਉਹ ਹੀ ਹੈ, ਇਹ ਆਸਮੇ ਵਿੱਚ ਸੁਨਮੁਖੀ ਹੋਣ ਦਾ ਛਡਾਉਂਦੇ ਛਡਾਉਂਦੇ ਇਹਨੂੰ ਫਿਰ ਵੀ ਉਹਨਾਂ ਦੇ ਮਾਰਨ ਦਿਆ ਜੀ। ਠੀਕ ਹੈ ਜੀ, करवाओ मन जहां प्यार पाओ, गेट एक्स लव पैक इन योर लाइफ। परेशानी जिमे प्यार तो खा खोया प्यार वापस पोना, प्रेम ब्याली माता पिता नु मनाना, सौतन दुश्मन तो छुटकारा, लॉटरी नंबर पाओ 649 जा होवे लोटो मैक्स, तो की पैड प्रा एक बार जरूर संपर्क करो, मैं तो हानू खून देखन जो नहीं रोन देवा। हाय गाइस, आई होप यू ऑल आर गुड। अगर आपके लाइफ में कोई भी प्रॉब्लम है रिलेटेड टू योर लव, करियर, बिजनेस, फैमिली इश्यूज या फिर और कोई प्रॉब्लम है, बिल्कुल डीएम कर सकते हो, आप इनसे डायरेक्ट व्हाट्सएप कॉन्टेक्ट कर सकते हो। अगर आपको कोई भी डाउट है तो आप इनसे डायरेक्ट जाकर मिल भी सकते हो।